ਸੋ ਗੱਲ ਜਿਹਦਾ ਆਪਾਂ ਹੁਣ ਕੈਨੇਡਾ ਦੀ ਕਰ ਰਹੇ ਆ ਜਿਹੜੇ ਸਟੂਡੈਂਟ ਪਹਿਲਾ 10 ਅਗਸਤ ਦਾ ਇੰਤਜ਼ਾਰ ਕਰ ਰਹੇ ਸੀ ਸੋ ਅਸੀਂ ਸ਼ੁਰੂ ਤੋਂ ਹੀ ਆਪਣੀ ਵੀਡੀਓ ਜ਼ਰੀਏ ਕਹਿ ਰਹੇ ਸੀ ਕਿ ਸਟੂਡੈਂਟਸ ਨੂੰ ਜ਼ਿਆਦਾ ਵੇਟ ਨਹੀਂ ਕਰਨੀ ਚਾਹੀਦੀ ਹੈ ਇਹ ਨਾ ਹੋਵੇ ਜਿਹੜੇ ਇੰਟੇਕ 'ਚ ਤੁਸੀਂ ਸੀਟ ਚਾਹੁੰਦੇ ਹੋ ਕਿਤੇ ਉਹ ਇੰਟੇਕ ਹੀ ਫੁੱਲ ਹੋ ਜਾਵੇ ਸੋ ਹੁਣ ਅਸੀਂ ਉਹਨਾਂ ਸਾਰੇ ਸਟੂਡੈਂਟਸ ਨੂੰ ਜ਼ਰੂਰ ਅੱਜ ਦੀ ਵੀਡੀਓ ਜ਼ਰੀਏ ਗਾਈਡ ਕਰਨਾ ਚਾਹਾਂਗੇ ਕਿ 10 ਅਗਸਤ ਦਾ ਇੰਤਜ਼ਾਰ ਤੁਸੀਂ ਕਰਕੇ ਵੇਖ ਲਿਆਏ ਤੇ ਸਪਟੰਬਰ ਇੰਟੇਕ ਆਲਮੋਸਟ ਫੁੱਲ ਹੋ ਚੁੱਕਿਆ ਹੁਣ ਹੁਣ ਸਭ ਦੀਆਂ ਨਜ਼ਰਾਂ ਜਨਵਰੀ 2024 ਤੇ ਨੇ ਜਨੂਰੀ 2024 ਇਨਟੇਕ ਵੀ ਤੁਹਾਡੇ ਹੱਥੋਂ ਖੁੰਝਣ ਵਾਲਾ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਵਧਣ ਵਾਲਾ ਹੈ ਤੇ ਇੱਥੇ ਸਟੂਡੈਂਟਸ ਦੀ ਤਿਆਰੀ ਦੇ ਲਈ ਕਿਹੜੀਆਂ ਗੱਲਾਂ ਖਾਸ ਰਹਿਣ ਵਾਲੀਆਂ ਅੱਜ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਬਹੁਤ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਇੱਕ ਇੱਕ ਪੁਆਇੰਟ ਤੁਹਾਡੇ ਨਾਲ ਅੱਜ ਕਲੀਅਰ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਸ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾਸਟ੍ਰੀਕਾਲ ਸਸ਼ੇਕਾਲ ਨਮਸਕਾਰ ਸਾਰਿਆਂ ਨੂੰ ਜੀ ਸੋ ਮੈਮ ਜਿਵੇਂ ਕਿ ਮੈਂ ਗੱਲ ਕਰ ਰਹੀ ਆ ਅੱਜ ਜਨਵਰੀ 2024 ਇਨਟੇਕ ਦੀ ਕਿੰਨੀ ਰਫਤਾਰ ਦੇ ਨਾਲ ਕਿੰਨੀ ਤੇਜ਼ੀ ਦੇ ਨਾਲ ਇਹ ਇਨਟੇਕ ਭਰਦਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਸਟੂਡੈਂਟਸ ਲਈ ਇਹ ਜਾਣਕਾਰੀ ਤੁਹਾਡੇ ਤੋਂ ਚਾਹੂੰਗੀ ਜਿਹੜੇ ਹਲੇ ਸੋਚ ਰਹੇ ਨੇ ਕਿ ਅਪਲਾਈ ਕਰ ਲਾਂਗੇ ਜਨਵਰੀ ਨੂੰ ਤਾਂ ਬਹੁਤ ਟਾਈਮ ਪਿਆ ਹਰ ਜੋਦ ਗਨ ਆਰ ਦਾ ਡੇਸ ਮੀਨਸ ਉਹ ਦਿਨ ਨਿਕਲ ਗਏ ਜਦ ਬੱਚੇ ਸੋਚਦੇ ਸੀਗੇ ਉਹ ਜਦ ਲਾਸਟ ਮੂਮੈਂਟ ਤੇ ਅਪਲਾਈ ਕਰਦੇ ਸੀ ਹੁਣ ਸ਼ਾਇਦ ਬੱਚਿਆਂ ਨੂੰ ਵੀ ਇੰਨਾ ਪਤਾ ਚੱਲ ਗਿਆ ਕਿ ਸੋਚਣ ਚ ਟਾਈਮ ਬਹੁਤ ਖਰਾਬ ਹੁੰਦਾ ਉਹਦੇ ਵਿੱਚ ਅੰਬੈਸੀਆਂ ਦੇ ਵਾਸਤੇ ਜਿਹੜੀ ਟਾਈਮ ਗੈਪ ਕ੍ਰੀਏਟ ਹੋ ਜਾਂਦਾ ਬਹੁਤ ਮੁਸ਼ਕਲ ਹੁੰਦਾ ਹੈ ਸੀਟਾਂ ਖਤਮ ਹੋ ਜਾਂਦੀਆਂ ਫਿਰ ਪ੍ਰੋਗਰਾਮ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਮੀਨਸ ਸਮਝੋ ਤੁਸੀਂ ਇੱਕ ਸਪੈਸੀਫਿਕ ਪ੍ਰੋਗਰਾਮ ਲੈਣਾ ਚਾਹੁੰਦੇ ਹੋ ਆਪਾਂ ਐਗਜ਼ਾਮਪਲ ਕਰਨੇ ਆ ਬਹੁ ਵੇਲੇ ਕਾਲਜ ਜੀ ਸਾਈਬਰ ਸਿਕਿਉਰਿਟੀ ਨਾਨ ਮੈਡੀਕਲ ਦਾ ਬੱਚਾ ਹੈ ਜਿਹੜਾ ਇਸ ਪ੍ਰੋਗਰਾਮ ਚ ਜਾਣਾ ਹੈ ਕਿਉਂਕਿ ਇਹਦੀ ਜਿਹੜੀ ਸੈਲਰੀ ਆ ਮੋਰ ਥੈਨ 100000 ਡਾਲਰ ਤੋਂ ਸ਼ੁਰੂ ਹੁੰਦੀ ਇਸ ਪ੍ਰੋਗਰਾਮ 'ਤੇ ਉਹ ਇੱਕ ਸਾਲ ਪਹਿਲੇ ਅਪਲਾਈ ਕਰਦਾ ਫਿਰ ਜਾ ਕੇ ਉਹਨੂੰ ਆਫਰ ਲੈਟਰ ਮਿਲਦਾ ਹੈ ਉਹਦੇ ਨਾ ਮਤਲਬ ਹਮੇਸ਼ਾ ਉਹਨੂੰ ਕੰਪਰੋਮਾਈਜ਼ ਅਦਰਵਾਈਜ਼ ਕਰਨਾ ਪੈਂਦਾ ਹੈ ਜੇ ਤੁਸੀਂ ਕੋਈ ਵਧੀਆ ਸਪੈਸੀਫਿਕ ਪ੍ਰੋਗਰਾਮ ਕਰਨਾ ਚਾਹੁੰਦੇ ਕਿਉਂਕਿ ਜੇ ਤੁਸੀਂ ਅੱਛਾ ਪ੍ਰੋਗਰਾਮ ਕਰੋਗੇ ਤੇ ਤੁਹਾਨੂੰ ਵੀਜ਼ਾ ਵੀ 100 1% ਮਿਲੇਗਾ ਕਿਉਂਕਿ ਉਹ ਵੀ ਅੱਛੇ ਬੱਚਿਆਂ ਨੂੰ ਬੁਲਾਣਾ ਚਾਹੁੰਦੇ ਆ ਪ੍ਰੋਗਰਾਮ ਅੱਛਾ ਹੋਏ ਤੁਹਾਡੇ ਆਈ ਸਕੋਰ ਅੱਛੇ ਹੋਣ ਤੁਸੀਂ ਜਦ ਪਲੱਸ 2 ਦੇ ਵਿੱਚ ਐਂਟਰ ਕਰ ਜਾਂਦੇ ਹੋ ਜਿਹੜੇ ਬੱਚੇ ਹੋਣ ਪੜ ਰਹੇ ਆ ਮੇਰੇ ਉਹਨਾਂ ਨੂੰ ਵੀ ਗੁਜਾਰਿਸ਼ ਹੈ ਕਿ ਉਹ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਕਿ ਜੇ ਤੁਸੀਂ ਇਹ ਕਈ ਵਾਰੀ ਬੱਚੇ ਕਹਿੰਦੇ ਪਲੱਸ 2 'ਚ ਮੈਂडम ਧਿਆਨ ਦੇ ਲੈਂਦੇ ਫਿਰ ਪਰਸੈਂਟੇਜ ਵਾਹ ਜਾਂਦੀ ਹੈ ਜੇ ਤੁਹਾਡੇ ਕੋਲ ਪੂਰਾ ਸਾਲ ਪਿਆ ਤੇ ਤੁਸੀਂ ਪਰਸੈਂਟੇਜ ਵਧਾ ਸਕਦੇ ਹੋ ਜਿਹੜੇ ਬੱਚੇ ਕਰ ਚੁੱਕੇ ਉਹਨਾਂ ਦੀ ਜੋ ਆ ਚੁੱਕੀ ਹੈ ਜਿਨ੍ਹਾਂ ਦੀ ਅੱਛੀ ਆ ਚੁੱਕੀ ਉਹਨਾਂ ਦੇ ਵਾਸਤੇ ਕੰਗ੍ਰੈਚੁਲੇਸ਼ਨ ਤੇ ਇਹ ਜਿਹੜੀ ਧਿਆਨ ਦੇਣਗੇ ਜੇ ਤੁਹਾਡੀ ਪਰਸੈਂਟੇਜ ਠੀਕ ਹੈ ਤੁਹਾਡਾ ਪ੍ਰੋਗਰਾਮ ਬਹੁਤ ਯੁਨੀਕ ਪ੍ਰੋਗਰਾਮ ਹੈ ਜੀ ਲਾਈਕ ਆਰਟੀਫੀਸ਼ੀਅਲ ਇੰਟੈਲੀਜੈਂਸ ਮੇਰੇ ਖਿਆਲ ਮੈਂ ਲਾਸਟ ਆਪਾਂ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਸੀਗੀ ਜੀ AI ਬਹੁਤ ਚੱਲ ਰਿਹਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਕਿ ਜਿਹੜੀ ਐਨਏਆਈ ਤੋਂ ਜਿਹੜੀ ਚੈਟ ਜਿਹੜੀ ਹੁਣ ਚੱਲਦੀ ਹੈ ਨਵੀਂ ਟੈਕਨੋਲੋਜੀ ਜਿਹਦੇ ਵਿੱਚ ਸਾਰਾ ਕੁਝ ਆਟੋਮੈਟਿਕ ਬੱਚੇ ਨੂੰ ਮੋਬਾਈਲ ਤੇ ਮਿਲ ਜਾਂਦਾ ਲੇਕਿਨ ਤੇ ਇਹੋ ਜੇ ਹੁਣ ਐਪ ਆ ਚੁਕੀਆਂ ਤੇ ਜਿਹੜਾ ਆਪਾਂ ਕਹਿ ਰਹੇ ਹਾਂ 2024 ਮਤਲਬ ਆਪਣੇ ਵਾਸਤੇ ਹਰ ਸਾਲ ਚੈਲੈਂਜਿੰਗ ਹੈ ਆਪਾਂ ਨੂੰ ਬਹੁਤ ਤੇਜ਼ੀ ਦੇ ਨਾਲ ਸਪੀਡ ਆਪਣੀ ਬਣਾਣੀ ਪੈ ਰਹੀ ਹੈ ਜਮਾਨੇ ਦੀ ਰਫਤਾਰ ਨੂੰ ਕੈਚ ਕਰਨ ਵਾਸਤੇ ਤੇ ਪ੍ਰੋਗਰਾਮ ਅੱਛੇ ਹੋਣਗੇ ਤੁਹਾਡੇ ਸਾਈਬਰ ਸਕਿਉਰਟੀ ਹੋ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਗਿਆ ਰੋਬੋਟਿਕਸ ਦਾ ਹੋ ਗਿਆ ਇਦਾਂ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਹਮੇਸ਼ਾ ਡਿਮਾਂਡਸ ਰਹਿੰਦਾ ਹੈ ਮੈਕੈਟਰੋਨਿਕਸ ਹਮੇਸ਼ਾ ਡਿਮਾਂਡ 'ਚ ਰਹਿੰਦਾ ਇਹੋ ਜਿਹੇ ਪ੍ਰੋਗਰਾਮ ਬਹੁਤ ਅੱਛਾ ਪ੍ਰੋਗਰਾਮ ਹੈ ਦੈਨ ਹਸਪਿਟੈਲਿਟੀ ਮੈਨੇਜਮੈਂਟ ਇਵੈਂਟ ਮੈਨੇਜਮੈਂਟ ਟੂਰਿਜ਼ਮ ਹਮੇਸ਼ਾ ਕਿਉਂਕਿ ਹਰ ਜਗ੍ਹਾ ਟੂਰਿਸਟ ਦੀ ਹੈ ਜੀ ਜੀ ਜਿਹੜਾ ਆਰਟਸ ਦਾ ਬੱਚਾ ਉਹਦੇ ਵਾਸਤੇ ਜ਼ਿਆਦਾ ਆਪਸ਼ਨ ਨਹੀਂ ਹੁੰਦੀਆਂ ਉਹਨਾਂ ਦੇ ਵਾਸਤੇ ਪ੍ਰੋਗਰਾਮ ਬਹੁਤ ਅੱਛਾ ਜਿਹੜਾ ਜੋਬ ਤਨੂੰ 100% ਦੇ ਸਕਦਾ ਹੈ ਤੁਸੀਂ ਇਹ ਨਾ ਸੋਚੋ ਕੈਨੇਡਾ ਵਿੱਚ ਜੋਬ ਨਹੀਂ ਹੈ ਜੇ ਤੁਸੀਂ ਟੋਰਾਂਟੋ ਬ੍ਰਮਟਨ ਮਿਸਿਸਾਗਾ ਖਾਲੀ ਇਹੀ ਚੀਜ਼ਾਂ ਮੰਗੋਗੇ ਨੈਚੁਰਲ ਹੈ ਇੱਕ ਜਗ੍ਹਾ ਤੇ ਬਹੁਤ ਜਨਤਾ ਇਕੱਠੀ ਹੋ ਗਈ ਜੌਬ ਚ ਕੰਪੀਟੀਸ਼ਨ ਹੋਏਗਾ ਪਰ ਤੁਸੀਂ ਹਾਲੇ ਦਵਾਲੇ ਜਾਓ ਤੁਸੀਂ ਥੋੜਾ ਜਾਂ ਜਿਹੜਾ প্রভਿਨਸ਼ਲ ਨਾਮਿਨੇਟ ਪ੍ਰੋਗਰਾਮ ਦਾ ਸੋਚੋ ਪੀਐਨਪੀ ਦਾ ਸੋਚੋ ਜਿੱਥੇ ਵੀਜ਼ਾ ਵੀ ਈਜ਼ੀ ਆਉਂਦਾ ਤੁਹਾਨੂੰ ਪ੍ਰੋਗਰਾਮ ਵੀ ਅੱਛੇ ਮਿਲਦੇ ਆ ਤੁਹਾਡੀ ਪੀਆਰ ਵੀ ਬਹੁਤ ਛੇਤੀ ਹੁੰਦੀ ਹੈ ਇੱਕ ਇੱਕ ਡੇਢ ਸਾਲ ਚ ਤੇ ਪੀਆਰ ਹੋ ਜਾਂਦੀ ਹੈ ਜੀ ਤੇ ਇਹ ਚੀਜ਼ਾਂ ਤੁਸੀਂ ਸੋਚੋਗੇ ਤੇ ਸ਼ਾਇਦ ਸਕਸੈਸਫੁਲ ਹੋ ਜਾਓਗੇ ਜੀ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਸਟੂਡੈਂਟਸ ਨੇ ਉਹਨਾਂ ਦੇ ਪੇਰੈਂਟਸ ਭੇੜਚਾਲ ਵਿੱਚ ਪਾ ਕੇ ਕੋਈ ਡਿਸੀਜਨ ਲੈਂਦੇ ਨੇ ਤਾਂ ਉਸ ਦਾ ਖਾਮਿਆਜ਼ਾ ਫਿਰ ਪੁੱਗਤਣਾ ਪੈਂਦਾ ਪਰ ਕਿਤੇ ਨਾ ਕਿਤੇ ਦੋਸ਼ ਫਿਰ ਉਸ ਕੰਟਰੀ ਨੂੰ ਦੇ ਦਿੱਤਾ ਜਾਂਦਾ ਜਾਂ ਫਿਰ ਦੋਸ਼ ਜੀ ਮੈਂ ਕਾਉਂਸਲਿੰਗ ਕਰ ਰਹੀ ਸੀ ਜੀ ਲੜਕੀ ਦਾ ਇੱਕ ਚ ਸਾਢੇ ਪੰਜ ਬੈਂਟ ਸੀਗਾ ਦੋ ਵਾਰੀ ਰਿਫਿਊਜ਼ਲ ਓਕੇ ਰਾਈਟ ਮਦਰ ਦੀ ਵੀ ਕਾਉਂਸਲਿੰਗ ਕਰੋ ਫਿਰ ਲੜਕੀ ਦੀ ਕਰੋ ਫੋਨ ਤੇ ਫਿਰ ਫਾਦਰ ਦੀ ਕਰੋ ਜੀ ਠੀਕ ਹੈ ਫਾਦਰ ਉਹਦੇ ਬਾਅਦ ਵੀ ਇਹਨਾਂ ਨੂੰ ਕਹੇ ਤੁਸੀਂ ਰਿਸਕ ਨਾਲੋ ਵੀਜ਼ਾ ਤੁਹਾਨੂੰ 100% ਲੇਕਿਨ ਜਾਣਾ ਟੋਰਾਂਟੋ ਚ ਐ ਅੰਟਾਰੀਓ ਚ ਟੋਰਾਂਟੋ ਦੇ ਵਿੱਚ ਬ੍ਰੈਮਟਨ ਚ ਜਾਣਾ ਓਕੇ ਇੰਨੀ ਸ਼ਰਤਾਂ ਨਾਲ ਜਿਹੜਾ ਕਦੇ ਵੀ ਵੀਜ਼ਾ ਪੋਸੀਬਿਲਿਟੀਜ਼ ਨਹੀਂ ਹੁੰਦੀਆਂ ਸਾਡਾ ਐਕਸਪੀਰੀਅੰਸ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਤਰਫ ਚਲੇ ਜਾਓ ਵੀਜ਼ਾ ਹੋਏਗਾ ਤੇ ਤੁਸੀਂ ਅੱਗੇ ਕੁਝ ਕਰੋਗੇ ਵੀਜ਼ਾ ਨਹੀਂ ਹੋਏਗਾ ਤਾਂ ਇੰਡੀਆ ਚ ਹੀ ਬੈਠੇ ਰਹੋ ਫੇਰ ਸੁੱਖ ਨੇ ਲੈੰਦੇ ਰਹੋ ਖੱਲੀ ਜਾਣਦੇ ਬਿਲਕੁਲ ਬਿਲਕੁਲ ਮੈਮ ਸੋ ਅਜੇਹੀ ਸਥਿਤੀ ਵਿੱਚ ਜਦੋਂ ਰਿਫਿਊਜ਼ਲ ਆਂਦੀ ਹੈ ਤਾਂ ਕੰਸਲਟੈਂਟ ਨੂੰ ਦੋਸ਼ ਦੇ ਦਿੱਤਾ ਜਾਂਦਾ ਹੈ ਸੋ ਇਸ ਲਈ ਹੋਰ ਆਪਣਾ ਬ੍ਰਾਡ ਮਾਈਂਡਡਡ ਹੋਣ ਦੀ ਜ਼ਰੂਰਤ ਹੈ ਪੇਰੈਂਟਸ ਹੋਵੇ ਬਿਲਕੁਲ ਬਿਲਕੁਲ ਜਦ ਜਿੰਨਾ ਮਰਜ਼ੀ ਇਹਨਾਂ ਨੂੰ ਸਮਝਾ ਦਿਓ ਕਿ ਇਹਦੇ ਵਿੱਚ ਤੁਹਾਨੂੰ ਰਿਸਕ ਹੈ ਇਸ ਚੀਜ਼ ਨੂੰ ਨਾ ਕਰੋ ਪਰ ਸੁਣਦੇ ਨਹੀਂ ਦੋ ਵਾਰ ਰਿਫਿਊਜ਼ਲ ਦਾ ਮਤਲਬ 1.5 ਤੋਂ 2 ਲੱਖ ਰੁਪਏ ਤਾਂ ਖਰਾਬ ਕਰ ਹੀ ਚੁੱਕੇ ਹਨ ਆਪਣਾ ਕਿਉਂਕਿ ਜਿਹੜਾ ਫੀਸ ਜਾ ਰਹੀ ਹੈ ਫਿਰ ਵਾਪਸ ਆ ਰਹੀ ਹੈ ਫਿਰ ਜਾ ਰਹੀ ਹੈ ਫਿਰ ਵਾਪਸ ਆ ਰਹੀ ਹੈ ਉਹਨਾਂ ਨੇ GICB ਵਾਪਸ ਲਈ ਫੀਸ ਵੀ ਦੋ ਵਾਰੀ ਵਾਪਸ ਲਈ ਤੇ ਜਿਹੜਾ ਮਨੀ ਐਕਸਚੇਂਜ ਦੇਖੋ ਐਮਬੈਸੀ ਫੀਸ ਦੇਖੋ ਮੈਡੀਕਲ ਦਾ ਬੱਚੇ ਦਾ ਸਾਰੇ ਖਰਚੇ ਹੋਏ ਆ ਹੂੰ ਜੀ ਬਿਲਕੁਲ ਸਹੀ ਗੱਲ ਕਹੀ ਹੈ ਸੋ ਇਸੇ ਲਈ ਅਸੀਂ ਇੱਕ ਐਕਸਪਰਟ ਐਡਵਾਈਸ ਤੁਹਾਡੇ ਤੱਕ ਪਹੁੰਚਾਉਂਦੇ ਆ ਸੋ ਮੈਮ ਦਾ 26-27 ਸਾਲਾਂ ਦਾ ਤਜਰਬਾ ਹੈ ਉਸ ਤਜਰਬੇ ਦੇ ਨਾਲ ਤੁਹਾਨੂੰ ਗਾਈਡ ਕਰਦੇ ਨੇ ਔਰ ਸਟੂਡੈਂਟਸ ਨੂੰ ਖਾਸ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝਣੀ ਚਾਹੀਦੀ ਔਰ ਜਦੋਂ ਵੀ ਤੁਸੀਂ ਆਪਣੇ ਬੱਚੇ ਦੇ ਡਾਕੂਮੈਂਟਸ ਲੈ ਕੇ ਆਉਂਦੇ ਹੋ ਤਾਂ ਸਾਰਿਆਂ ਨੂੰ ਇਕੱਠੇ ਜਿਨ੍ਹਾਂ ਨੇ ਡਿਸੀਜਨ ਲੈਣਾ ਹੈ ਇੱਕੋ ਵਾਰ ਆਉਣਾ ਚਾਹੀਦਾ ਤਾਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਲੀਅਰ ਹੋਣ ਤੇ ਤੁਸੀਂ ਡਿਸੀਜਨ ਜੋ ਹੈ ਟਾਈਮਲੀ ਔਰ ਸਹੀ ਡਿਸੀਜਨ ਲੈ ਸਕੋ ਬਾਕੀ ਤੁਹਾਡਾ ਆਪਣਾ ਕੋਈ ਵੀ ਡਾਊਟ ਹੋਵੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਨੈਵੀਗੇਟਰਸ ਓਵਰਸੀਜ਼ੀ ਟੀਮ ਦੇ ਨਾਲ ਜੋੜ ਸਕਦੇ ਹੋ ਮੈਮ ਦੀ ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹੋ ਡਾਕੂਮੈਂਟਸ ਅਕੋਰਡਿੰਗਲੀ ਅਸੈਸਮੈਂਟ ਕਰਵਾਉਣ ਤੋਂ ਬਾਅਦ ਸਹੀ ਰਸਤਾ ਚੁਣਨ ਵਿੱਚ ਮੈਮ ਦੀ ਹੈਲਪ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਨੈਵੀਗੇਟਰਸ ਓਵਰਸੀਜ਼ੀ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਤੇ ਬਾਕੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਹੁਣ ਦੇਰੀ ਕਰੋਗੇ ਤਾਂ ਜਨਵਰੀ ਇੰਟੇਕ ਹੱਥੋਂ ਖੁੰਝ ਜਾਏਗਾ ਸੋ ਮੈਮ ਨੇ ਇਹ ਵੀ ਦੱਸਿਆ ਕਿ ਕਿੰਨੇ ਖਾਸ ਤਰ੍ਹਾਂ ਦੇ ਪ੍ਰੋਗਰਾਮਸ ਵੀ ਹੱਥੋਂ ਛੁੱਟ ਸਕਦੇ ਨੇ ਜੇਕਰ ਤੁਸੀਂ ਦੇਰੀ ਕਰ ਜਾਂਦੇ ਹੋ ਸੋ ਅਜਿਹੇ ਕੋਰਸਿਸ ਜੋ ਅੱਗੋਂ ਤੁਹਾ ਬਹੁਤ ਹੀ ਖਾਸ ਰਹਿਣ ਵਾਲੇ ਨੇ ਸਹੀ ਡਿਸੀਜਨ ਦੇ ਲਈ ਜ਼ਰੂਰ ਤੁਸੀਂ ਇੱਕ ਵਾਰੀ ਮੈਮ ਨੂੰ ਮਿਲ ਸਕਦੇ ਹੋ ਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਾਫੀ ਡਿਟੇਲ ਵਿੱਚ ਤੁਸੀਂ ਹਰ ਵਾਰੀ ਸਟੂਡੈਂਟਸ ਨੂੰ ਕੋਈ ਨਾ ਕੋਈ ਨਵੀਂ ਗੱਲ ਜ਼ਰੂਰ ਸਮਝਾਉਂਦੇ ਹੋ ਤਾਂ ਕਿ ਆਪਣੇ ਫਿਊਚਰ ਨੂੰ ਵਧੀਆ ਢੰਗ ਨਾਲ ਸਿਕਿਉਰ ਕਰ ਸਕਣ ਅੱਗੋ ਵੀ ਅਸੀਂ ਤੁਹਾਡੇ ਸਾਰਿਆਂ ਲਈ ਇਸੇ ਤਰ੍ਹਾਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਫਿਲਹਾਲ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ